Merchant Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਉਮੀਦ ਕਰਦੇ ਹਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਅਸੀਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਵੀ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਦੇ ਹਾਂ। ਆਪਣਾ ਬਚਾਅ ਕਰਨਾ ਇਸ ਸੰਕਟ ਦੇ ਸਮੇਂ 'ਚ ਬਹੁਤ ਹੱਦ ਤੱਕ ਆਪਣੇ ਖੁਦ ਦੇ ਹੱਥ ਵਿੱਚ ਹੈ। ਇਸ ਕਰਕੇ ਜਿੰਨਾ ਜ਼ਿਆਦਾ ਹੋ ਸਕੇ ਪਲੀਜ਼ ਘਰ ਦੇ ਵਿੱਚ ਹੀ ਰਹੋ ਅਤੇ ਬਿਨਾਂ ਕਿਸੇ ਐਮਰਜੈਂਸੀ ਲੋੜ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰੋ। ਹੁਣ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 108 ਦੀ ਵਿਆਖਿਆ ਕਰਦੇ ਹਾਂ। ਮਾਝ ਮਹਿਲਾ ਪੰਜਵਾਂ। ਮਨ ਤਨ ਰਤਾ ਰਾਮ ਪਿਆਰੇ, ਸਰਵਸ ਦੀਜੈ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਵਿਸਰ ਨਾ ਕੋਈ ਸਾਸਾ ਜੀਓ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਜੇ ਤੂੰ ਇਹ ਲੋੜਦਾ ਹੈ, ਜੇ ਤੇਰੀ ਇਹ ਇੱਛਾ ਹੈ ਕਿ ਤੇਰਾ ਮਨ ਅਤੇ ਤੇਰਾ ਤਨ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਏ, ਤਾਂ ਆਪਦਾ ਸਾਰਾ ਕੁਝ ਉਸ ਪ੍ਰੇਮ ਦੇ ਵੱਟੇ ਦੇ ਵਿੱਚ ਵਾਰ ਦੇ। ਉਸ ਪ੍ਰੇਮ ਦੇ ਵੱਟੇ ਆਪਦਾ ਸਾਰਾ ਕੁਝ ਸਦਕੇ ਕਰ ਦੇ, ਆਪਦਾ ਸਾਰਾ ਕੁਝ ਦਾਨ ਦੇ ਵਿੱਚ ਦੇ ਦੇ। ਸਰਵਸ ਦੀਜਾ ਆਪਣਾ ਵਾਰੇ। ਹੁਣ ਇੱਥੇ ਇਹ ਮਤਲਬ ਨਹੀਂ ਹੈ ਕਿ ਅਸੀਂ ਜੋ ਜਿਹੜੀ ਵੀ ਚੀਜ਼ ਦੇ ਮਾਲਕ ਹਾਂ, ਜੋ ਵੀ ਸਾਡੇ ਕੋਲ ਕੋਈ ਧਨ ਦੌਲਤ ਹੈ, ਸਾਡੀ ਘਰ ਹੈ, ਖੇਤ ਹੈ, ਜੋ ਵੀ ਹੈ, ਇਹ ਮਤਲਬ ਨਹੀਂ ਕਿ ਅਸੀਂ ਉਹ ਸਾਰਾ ਕੁਝ ਦਾਨ ਕਰਕੇ ਅਤੇ ਫਕੀਰ ਬਣ ਕੇ ਕਿਸੇ ਜੰਗਲ ਦੇ ਵਿੱਚ ਜਾ ਕੇ ਬੈਠ ਜਾਈਏ। ਉਸ ਚੀਜ਼ ਨੂੰ ਆਪਣੀ ਸੋਚ ਦੇ ਵਿੱਚ ਦਾਨ ਕਰਨਾ ਹੈ। ਜਿਹੜਾ ਅਸੀਂ ਹਰ ਵਕਤ ਸੋਚਦੇ ਰਹਿੰਦੇ ਹਾਂ ਕਿ ਮੈਂ ਇਸ ਚੀਜ਼ ਦਾ ਮਾਲਕ ਹਾਂ, ਉਹ ਚੀਜ਼ ਸਾਡੇ ਅੰਦਰ ਇੱਕ ਹੰਕਾਰ ਪੈਦਾ ਕਰਦੀ ਹੈ। ਜਦੋਂ ਹੰਕਾਰ ਹੈ ਜਿੰਨਾ ਚਿਰ, ਤਾਂ ਅਸੀਂ ਉਸ ਪਰਮਾਤਮਾ ਨੂੰ ਯਾਦ ਨਹੀਂ ਕਰ ਸਕਦੇ, ਉਸ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦੇ। ਉਸ ਹੰਕਾਰ ਨੂੰ ਦੂਰ ਕਰਨ ਦੇ ਲਈ ਗੁਰੂ ਜੀ ਕਹਿ ਰਹੇ ਨੇ ਕਿ ਸਰਵਸ ਦੀਜਾ ਆਪਣਾ ਵਾਰੇ, ਕਿ ਆਪਦੇ ਮਨ ਦੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਹਟਾ ਦੇ, ਇਹ ਸੋਚ ਕਿ ਜੋ ਕੁਝ ਵੀ ਹੈ ਉਸ ਪਰਮਾਤਮਾ ਦੀ ਬਖਸ਼ਿਸ਼ ਹੈ, ਮੈਂ ਇਸ ਚੀਜ਼ ਦਾ ਮਾਲਕ ਨਹੀਂ ਹਾਂ, ਉਹ ਪਰਮਾਤਮਾ ਇਸ ਚੀਜ਼ ਦਾ ਮਾਲਕ ਹੈ। ਅਤੇ ਨਾਲ ਦੀ ਨਾਲ ਇੰਨਾ ਕੁ ਜਿਗਰਾ ਜ਼ਰੂਰ ਰੱਖ ਕਿ ਜੇ ਲੋੜਵੰਦ ਕੋਈ ਤੇਰੇ ਕੋਲ ਆਉਂਦਾ ਹੈ ਤਾਂ ਤੇਰੇ ਕੋਲ ਉਹ ਸੰਸਾਧਨ ਹਨ ਕਿ ਤੂੰ ਉਸ ਲੋੜਵੰਦ ਦੀ ਮਦਦ ਕਰ ਸਕਦਾ, ਤਾਂ ਜ਼ਰੂਰ ਕਰ। ਉੱਥੇ ਆਪਦੀ ਧਨ ਦੌਲਤ ਨੂੰ ਹਿੱਕ ਦੇ ਨਾਲ ਲਾ ਕੇ ਨਾ ਰੱਖ। ਕਿਉਂਕਿ ਜਦੋਂ ਅਸੀਂ ਇਤਿਹਾਸ ਦੇ ਵਿੱਚ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਕੋਲ ਵੀ ਖੇਤ ਸਨ, ਉਹ ਵੀ ਖੇਤੀ ਕਰਦੇ ਸਨ, ਉਹਨਾਂ ਕੋਲ ਘਰ ਵੀ ਸੀ। ਉਹਨਾਂ ਨੇ ਉਹ ਸਭ ਕੁਝ ਦਾਨ ਕਰਕੇ ਕਿਤੇ ਜੰਗਲਾਂ ਦੇ ਵਿੱਚ ਜਾ ਕੇ ਸਮਾਧੀ ਨਹੀਂ ਲਾਈ ਸੀ, ਉਹ ਆਪਦੇ ਖੇਤਾਂ ਦੇ ਵਿੱਚ ਕੰਮ ਕਰਦੇ ਸਨ, ਖੇਤੀ ਕਰਦੇ ਸਨ, ਪਰ ਉਹਨਾਂ ਦਾ ਜਿਗਰਾ ਐਡਾ ਸੀ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ 20 ਰੁਪਈਏ ਦੇ ਕੇ ਵਪਾਰ ਕਰਨ ਦੇ ਲਈ ਘੱਲਿਆ ਅਤੇ ਉਹ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਕੇ ਵਾਪਸ ਆ ਗਏ। ਕਿਉਂਕਿ ਉਹਨਾਂ ਕੋਲ ਉਹ ਸੰਸਾਧਨ ਸੀ, ਉਹਨਾਂ ਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਕੋਲ ਇੰਨਾ ਕੁ ਧਨ ਹੈ ਕਿ ਜੇ ਮੈਂ ਇਸ 20 ਰੁਪਈਆਂ ਦਾ ਇਹਨਾਂ ਸਾਧੂਆਂ ਨੂੰ ਭੋਜਨ ਛਕਾ ਵੀ ਦਿਆਂ ਤਾਂ ਸਾਨੂੰ ਕੋਈ ਉਹਦੇ ਨਾਲ ਘਾਟਾ ਨਹੀਂ ਪੈਣ ਲੱਗਿਆ, ਕਿ ਵਪਾਰ ਕਰਨ ਦੇ ਲਈ ਮੈਂ ਪਿਤਾ ਜੀ ਤੋਂ ਹੋਰ ਪੈਸੇ ਲੈ ਸਕਦਾ ਹਾਂ, ਪਰ ਇਸ ਵਕਤ ਇਹ ਸਾਧੂ ਭੁੱਖੇ ਮਰ ਰਹੇ ਨੇ, ਇਹਨਾਂ ਨੂੰ ਭੋਜਨ ਦੀ ਜ਼ਿਆਦਾ ਲੋੜ ਹੈ। ਇਸ ਤਰ੍ਹਾਂ ਸਰਬੰਸ ਵਾਰਨਾ ਸੀ ਅਤੇ ਇਹ ਖਿਆਲ ਹਮੇਸ਼ਾ ਅੱਠੇ ਪਹਿਰ ਆਪਣੇ ਮਨ ਦੇ ਵਿੱਚ ਰੱਖਣਾ ਕਿ ਸਾਨੂੰ ਜਿਹੜੀ ਵੀ ਚੀਜ਼ ਦੇ ਅਸੀਂ ਮਾਲਕ ਆਪਦੇ ਆਪ ਨੂੰ ਸਮਝਦੇ ਹਾਂ, ਉਹ ਅਸਲ ਦੇ ਵਿੱਚ ਅਸੀਂ ਨਹੀਂ, ਉਹ ਪਰਮਾਤਮਾ ਉਸ ਚੀਜ਼ ਦਾ ਮਾਲਕ ਹੈ ਅਤੇ ਉਹਨੇ ਉਹ ਬਖਸ਼ਿਸ਼ ਸਾਨੂੰ ਦਿੱਤੀ ਹੋਈ ਹੈ ਵਰਤਣ ਦੇ ਲਈ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤ੍ਰੀਜੈ ਸਾਗਰ, ਕਟੀਆ ਜਮਕੀ ਫਾਸਾ ਜੀਓ। ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹੀ ਸੱਜਣ ਪ੍ਰਭੂ ਦਾ ਪਿਆਰਾ ਮਿੱਤਰ ਬਣ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਰਿਹਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਅਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ, ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਇਹ ਜਨਮ ਮਰਨ ਦਾ ਚੱਕਰ ਕੀ ਹੈ, ਅਸੀਂ ਹੁਣੇ ਜਿਹੇ ਹੀ ਇੱਕ ਵੀਡੀਓ ਦੇ ਰਾਹੀਂ ਐਕਸਪਲੇਨ ਕੀਤਾ ਹੈ, ਉਸ ਦਾ ਲਿੰਕ ਤੁਹਾਡੀ ਸੁਵਿਧਾ ਦੇ ਲਈ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਪਾ ਦਿੱਤਾ ਹੈ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ। ਤਾਂ ਹੁਣ ਸਾਧ ਸੰਗਤ ਦੇ ਵਿੱਚ ਰਹਿ ਕੇ ਅਸੀਂ ਕਿਵੇਂ ਆਪਦੀ ਜਮਾਂ ਵਾਲੀ ਫਾਹੀ ਕੱਟਦੇ ਹਾਂ, ਕਿਉਂਕਿ ਜਿੱਥੇ ਚਾਰ ਬੰਦੇ ਜੁੜ ਕੇ
ਉਸ ਪਰਮਾਤਮਾ ਦੇ ਬਾਰੇ 'ਚ ਵਿਚਾਰ ਕਰਦੇ ਨੇ, ਉਹਦੀਆਂ ਬਖਸ਼ਿਸ਼ਾਂ ਦੀ ਸਲਾਹਤਾ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ ਅਤੇ ਚਤੰਨ ਤੌਰ 'ਤੇ ਇਸ ਚੀਜ਼ ਦੇ ਉੱਪਰ ਵਿਚਾਰ ਕਰਦੇ ਨੇ ਕਿ ਕਿਸ ਤਰ੍ਹਾਂ ਸਾਡਾ ਮਨ ਵੱਖ ਵੱਖ ਇਮੋਸ਼ਨਾਂ ਵੱਖ ਵੱਖ ਭਾਵਨਾਵਾਂ ਦੇ ਵਿੱਚ ਦੀ ਹੁੰਦਾ ਰਹਿੰਦਾ ਹੈ, ਤਾਂ ਉੱਥੇ ਉਸ ਚੀਜ਼ ਦਾ ਹੱਲ ਵੀ ਨਿਕਲ ਆਉਂਦਾ ਹੈ। ਉਸ ਗੱਲਬਾਤ ਦੇ ਦੌਰਾਨ ਅਸੀਂ ਇਹ ਚਤੰਨ ਤੌਰ 'ਤੇ ਜਾਣ ਪਾਉਂਦੇ ਹਾਂ ਕਿ ਕਿਸ ਤਰ੍ਹਾਂ ਸਾਡਾ ਮਨ ਜੋ ਹੈ ਸਥਿਰ ਨਹੀਂ ਰਹਿੰਦਾ। ਅਤੇ ਜਦੋਂ ਸਾਡੇ ਦਿਮਾਗ ਦੇ ਵਿੱਚ ਇਹ ਸੋਚ ਆ ਗਈ ਕਿ ਸਾਡਾ ਮਨ ਸਥਿਰ ਨਹੀਂ ਹੈ, ਇਸ ਚੀਜ਼ ਨੂੰ ਅਸੀਂ ਜਾਣ ਲਿਆ, ਜਾਣਦੇ ਅਸੀਂ ਹਾਂ ਪਰ ਜਾਣਦੇ ਹੋਏ ਵੀ ਅਣਜਾਣ ਹੁੰਦੇ ਹਾਂ ਕਿਉਂਕਿ ਅਸੀਂ ਚਤੰਨ ਤੌਰ 'ਤੇ ਉਸ ਚੀਜ਼ ਨੂੰ ਸੋਚਦੇ ਨਹੀਂ। ਅਤੇ ਜਦੋਂ ਐਕਟਿਵ ਤੌਰ 'ਤੇ ਅਸੀਂ ਉਸ ਚੀਜ਼ ਨੂੰ ਆਪਦੇ ਦਿਮਾਗ ਦੇ ਵਿੱਚ ਸੋਚਣ ਲੱਗ ਗਏ ਤਾਂ ਫਿਰ ਸਾਡਾ ਮਨ ਬਦਲਣ ਵੀ ਲੱਗ ਜਾਂਦਾ ਹੈ, ਫਿਰ ਸਾਡਾ ਮਨ ਸੋਚਣ ਵੀ ਲੱਗਦਾ ਉਸ ਗੱਲ ਨੂੰ ਕਿ ਮੈਂ ਸਥਿਰ ਰਹਿਣਾ ਹੈ, ਕਿ ਮੈਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਪਰ ਨਾਰਾਜ਼ ਜਾਂ ਨਿਰਾਸ਼ ਨਹੀਂ ਹੋਣਾ। ਇਸੇ ਲਈ ਸਾਧ ਸੰਗਤ ਜ਼ਰੂਰੀ ਹੈ। ਅਤੇ ਇਸ ਸਾਧ ਸੰਗਤ ਦੇ ਅਸਲੀ ਮਾਇਨੇ ਇਹ ਸੀ ਕਿ ਤੁਸੀਂ ਬੈਠ ਕੇ ਉਸ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹੋ। ਅਤੇ ਅੱਜ ਕੱਲ੍ਹ ਕੀ ਹੋ ਰਿਹਾ, ਸਾਧ ਸੰਗਤ ਦੇ ਵਿੱਚ ਲੋਕ ਜੁੜਦੇ ਤਾਂ ਹੈ ਪਰ ਉਸ ਪਰਮਾਤਮਾ ਨਾਲੋਂ ਜ਼ਿਆਦਾ ਇਸ ਦੁਨੀਆਂ ਦੇ ਉੱਪਰ ਵੱਸਦੇ ਇਨਸਾਨਾਂ ਦੀ ਗੱਲ ਹੁੰਦੀ ਹੈ, ਉਹਨਾਂ ਦੀਆਂ ਬੁਰਾਈਆਂ ਦੀ ਗੱਲ ਹੁੰਦੀ ਹੈ, ਇੱਕ ਦੂਜੇ ਦੀ ਨਿੰਦਿਆ ਕੀਤੀ ਜਾਂਦੀ ਹੈ। ਸਾਧ ਸੰਗਤ ਦਾ ਇਹ ਮਕਸਦ ਕਦੇ ਵੀ ਨਹੀਂ ਸੀ, ਸਾਡੇ ਗੁਰੂਆਂ ਨੇ ਇਹ ਕਦੇ ਵੀ ਚਿਤਵਿਆ ਨਹੀਂ ਸੀ ਕਿ ਲੋਕ ਸਾਧ ਸੰਗਤ ਦੇ ਵਿੱਚ ਜੁੜ ਕੇ ਚਾਰ ਲੋਕ ਇਕੱਠੇ ਹੋ ਕੇ ਇੱਕ ਦੂਜੇ ਦੀ ਜਾਂ ਕਿਸੇ ਹੋਰ ਇਨਸਾਨ ਦੀ ਬੁਰਾਈ ਕਰਨਗੇ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਅਭੇਵਾ, ਕਾਮ ਕ੍ਰੋਧ ਕਿਲਵਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੀ ਸੇਵਾ ਭਗਤੀ ਹੀ ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ ਹਨ। ਉਹ ਚਾਰ ਪਦਾਰਥਾਂ ਦਾ ਅਰਥ ਧਰਮ, ਅਰਥ, ਕਾਮ ਅਤੇ ਮੋਖ ਲਿਆ ਗਿਆ ਹੈ। ਲੋਕ ਧਰਮ ਨੂੰ ਵੀ ਬਹੁਤ ਪਿਆਰ ਕਰਦੇ ਨੇ, ਧਰਮਾਂ ਦੇ ਨਾਮ ਦੇ ਉੱਪਰ ਲੜਾਈਆਂ ਵੀ ਬਹੁਤ ਹੁੰਦੀਆਂ ਨੇ। ਇਸ ਦੁਨੀਆ ਦੇ ਵਿੱਚ ਵੱਡੀਆਂ ਵੱਡੀਆਂ ਜੰਗਾਂ ਧਰਮਾਂ ਦੇ ਨਾਮ 'ਤੇ ਹੋਈਆਂ ਹਨ, ਸਾਡਾ ਇਤਿਹਾਸ ਸਾਨੂੰ ਦੱਸਦਾ ਹੈ। ਅਰਥ ਹੈ ਅਰਥ ਵਿਵਸਥਾ, ਜੋ ਇੱਕ ਬਹੁਤ ਅਨਿੱਖੜਵਾਂ ਅੰਗ ਹੈ ਸਾਡੇ ਜੀਵਨਾਂ ਦਾ, ਉਸੇ ਤਰ੍ਹਾਂ ਹੀ ਕਾਮ ਵੀ ਹੈ ਅਤੇ ਉਸੇ ਤਰ੍ਹਾਂ ਹੀ ਮੋਖ ਯਾਨੀ ਮੋਕਸ਼ ਜਾਂ ਮੁਕਤੀ ਦੀ ਵੀ ਲੋਕ ਕਾਮਨਾ ਕਰਦੇ ਨੇ। ਅਤੇ ਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੀ ਭਗਤੀ ਕਰਨਾ, ਪਰਮਾਤਮਾ ਦੇ ਪ੍ਰਤੀ ਸੇਵਾ ਭਗਤੀ ਹੋਣਾ, ਉਸਦੇ ਗੁਣਾਂ ਦੀ ਸਲਹਿਤਾ ਕਰਨਾ, ਇਹਨਾਂ ਚਾਰ ਦੁਨੀਆ ਦੇ ਇਹ ਪ੍ਰਸਿੱਧ ਚਾਰ ਪਦਾਰਥਾਂ ਦੇ ਬਰਾਬਰ ਹੈ। ਉਹ ਪਰਮਾਤਮਾ ਦਾ ਨਾਮ ਜਪ ਜਿਹੜਾ ਪਾਰ ਜਾਤ ਹੈ, ਜਿਹੜਾ ਸਾਨੂੰ ਪਾਰ ਲੰਘਾਉਣ ਦੇ ਯੋਗ ਹੈ, ਜਿਹੜਾ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਯੋਗ ਹੈ। ਜਿਸ ਗੁਰੂ ਨੇ, ਜਿਸ ਮਨੁੱਖ ਦੇ ਗੁਰੂ ਨੇ ਕਾਮ ਅਤੇ ਕ੍ਰੋਧ ਆਦਿਕ ਵਿਕਾਰ ਦੂਰ ਕਰ ਦਿੱਤੇ, ਸਮਝ ਲਓ ਕਿ ਉਸਦੇ ਮਨ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਗਈਆਂ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤ ਉਦਾਸਾ ਜੀਓ। ਗੁਰੂ ਜੀ ਕਹਿੰਦੇ ਕਿ ਜਿਹੜੇ ਮਨੁੱਖ ਦੇ ਪੂਰੇ ਭਾਗ ਜਾਗ ਪੈਣ, ਉਸ ਨੂੰ ਸਾਧ ਸੰਗਤ ਦੇ ਵਿੱਚ ਹੀ ਪਰਮਾਤਮਾ ਮਿਲ ਪੈਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ, ਉਹ ਘਰ ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲੀ ਪੰਕਤੀ ਦੀ ਵਿਆਖਿਆ ਦੇ ਵਿੱਚ ਗੱਲ ਕੀਤੀ ਹੈ ਕਿ ਤੁਹਾਨੂੰ ਆਪਦਾ ਚੀਜ਼ਾਂ ਜੋ ਹਨ, ਜਿਹੜੀਆਂ ਵੀ ਚੀਜ਼ਾਂ ਦੇ ਤੁਸੀਂ ਮਾਲਕ ਹੋ, ਦਾਨ ਕਰਨ ਦੀ ਛੱਡ ਕੇ ਕਿਤੇ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਮਾਣਦੇ ਹੋਏ ਵੀ ਜ਼ਿੰਦਗੀ ਦੇ ਇਹ ਜੋ ਆਨੰਦ ਹਨ, ਜ਼ਿੰਦਗੀ ਦੇ ਵਿੱਚ ਸਾਡੇ ਕੋਲ ਜੋ ਨਿਆਮਤਾਂ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਹਨ, ਉਹਨਾਂ ਨੂੰ ਮਾਣਦੇ ਹੋਏ ਵੀ ਅਸੀਂ ਮਾਇਆ ਤੋਂ ਨਿਰਲੇਪ ਹੋ ਸਕਦੇ ਹਾਂ। ਇਹ ਦੁਨੀਆ ਦੀ ਮਜਬੂਰੀ ਹੈ ਕਿ ਸਾਨੂੰ ਹਰ ਚੀਜ਼ ਪੈਸੇ ਨਾਲ ਮਿਲਦੀ ਹੈ, ਇਸ ਕਰਕੇ ਪੈਸਾ ਮਾੜਾ ਨਹੀਂ ਹੈ। ਜੇ ਪੈਸਾ ਹੋਏਗਾ ਤਾਂ ਹੀ ਅਸੀਂ ਆਪਦਾ ਢਿੱਡ ਭਰਾਂਗੇ, ਪੈਸਾ ਹੋਏਗਾ ਤਾਂ ਖਾਣਾ ਖਾ ਸਕਾਂਗੇ, ਪੈਸਾ ਹੋਏਗਾ ਤਾਂ ਹੀ ਅਸੀਂ ਆਪਦੇ ਤਨ ਨੂੰ ਢੱਕ ਸਕਾਂਗੇ, ਤਾਂ ਹੀ ਆਪਦੇ ਸਿਰ ਦੇ ਉੱਪਰ ਛੱਤ ਲੈ ਸਕਾਂਗੇ। ਤਾਂ ਪੈਸਾ ਮਾੜਾ ਨਹੀਂ ਹੈ, ਪਰ ਉਸ ਪੈਸੇ ਪ੍ਰਤੀ ਮੋਹ ਉਹ ਮਾੜਾ ਹੈ। ਜਦੋਂ ਤੁਸੀਂ ਉਸ ਪੈਸੇ ਨੂੰ ਹਿੱਕ ਨਾਲ ਲਾਉਣ ਲੱਗ ਜਾਓ, ਜਦੋਂ ਤੁਸੀਂ ਉਸ ਪੈਸੇ ਨੂੰ ਬਹੁਤ ਹੱਦੋਂ ਵੱਧ ਪਿਆਰ ਕਰਨ ਲੱਗ ਜਾਓ ਅਤੇ ਆਪਦੇ ਆਪ ਨੂੰ ਇੰਨਾ ਕੁ ਬੰਨ ਲਓ ਕਿ ਮੈਂ ਕਿਸੇ ਲੋੜਵੰਦ ਨੂੰ ਵੀ ਦਾਨ ਨਹੀਂ ਦੇਣਾ, ਜਦੋਂ ਤੁਹਾਡੀਆਂ ਅੱਖਾਂ ਤੁਹਾਡੇ ਸਾਹਮਣੇ ਇੱਕ ਲੋੜਵੰਦ ਮਨੁੱਖ ਬੈਠਾ ਜਾਂ ਜਾਨਵਰ ਬੈਠਾ ਹੈ, ਉਹਨੂੰ ਵੇਖ ਕੇ ਇਗਨੋਰ ਕਰ ਜਾਣ ਕਿ ਮੈਂ ਆਪਦਾ ਪੈਸਾ ਇਹਦੇ ਉੱਪਰ ਕਿਉਂ ਲਾਵਾਂ, ਉਸ ਵਕਤ ਤੁਸੀਂ ਉਸ ਮਾਇਆ ਦੀ ਗ੍ਰਿਫਤ ਦੇ ਵਿੱਚ ਹੁੰਦੇ ਹੋ। ਜੇਕਰ ਤੁਸੀਂ ਆਪਦੀ ਕਿਰਤ ਕਰਕੇ, ਮਿਹਨਤ ਕਰਕੇ ਪੈਸਾ ਕਮਾ ਰਹੇ ਹੋ, ਉਹ ਮਾੜੀ ਚੀਜ਼ ਨਹੀਂ ਹੈ। ਉਸਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਮਾਇਆ ਦੇ ਵਿੱਚ ਗ੍ਰਸਤ ਹਾਂ।
ਘਰ-ਬਾਰ ਦੇ ਵਿੱਚ ਰਹਿੰਦੇ ਹੋਏ ਆਪਦੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਦੇ ਹੋਏ ਵੀ ਤੁਸੀਂ ਮਾਇਆ ਤੋਂ ਨਿਰਲੇਪ ਹੋ ਸਕਦੇ ਹੋ। ਉਹ ਆਪਣੀ ਇੱਕ ਸੋਚ ਹੈ, ਆਪਣੀ ਸੋਚ ਦੇ ਵਿੱਚੋਂ ਪੈਸੇ ਪ੍ਰਤੀ ਮੋਹ ਨੂੰ ਕੱਢਣਾ ਹੈ। ਪੈਸੇ ਨਾਲ ਇੱਕ ਜੱਫੀ ਪਾਉਣ ਵਾਲੀ ਗੱਲ ਨਹੀਂ ਕਰਨੀ ਹੈ, ਥੋੜ੍ਹਾ ਜਿਹਾ ਸਬਰ ਅਤੇ ਵੱਡਾ ਜਿਗਰਾ ਰੱਖਣਾ ਚਾਹੀਦਾ ਹੈ। ਇੱਥੇ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ। ਮੇਰੀ ਜਾਣ ਪਛਾਣ ਦੇ ਵਿੱਚ ਕੁਝ ਅਜਿਹੇ ਮਨੁੱਖ ਮੈਂ ਵੇਖੇ ਨੇ ਜਿਹੜੇ ਕਿ ਸਾਲ ਦੇ ਵਿੱਚ ਕਈ ਵਾਰ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਧਾਰਮਿਕ। ਉਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਲੰਗਰ ਛਕਾਉਂਦੇ ਨੇ ਲੋਕਾਂ ਨੂੰ, ਲੱਖਾਂ ਰੁਪਈਆ, ਕਹਿਣ ਦੀ ਗੱਲ ਨਹੀਂ ਹੈ, ਲੱਖਾਂ ਰੁਪਈਆ ਉਹ ਉਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਉੱਪਰ ਲਗਾ ਦਿੰਦੇ ਨੇ। ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਆਉਂਦਾ ਕੌਣ ਹੈ? ਉਹਨਾਂ ਦੇ ਹੀ ਸਾਖ ਸੰਬੰਧੀ, ਰਿਸ਼ਤੇਦਾਰ, ਜਿਹੜੇ ਰੱਜੇ ਪੁੱਜੇ ਨੇ। ਅਤੇ ਅੱਜ ਦੀ ਘੜੀ ਜਦੋਂ ਇਹ ਸੰਕਟ ਦੁਨੀਆ ਦੇ ਵਿੱਚ ਆਇਆ ਹੋਇਆ ਹੈ, ਬਹੁਤ ਸਾਰੇ ਲੋੜਵੰਦ ਲੋਕ ਨੇ ਜਿਨ੍ਹਾਂ ਨੂੰ ਪੈਸਿਆਂ ਦੀ ਜਾਂ ਭੋਜਨ ਦੀ ਲੋੜ ਹੈ, ਅੱਜ ਦੀ ਘੜੀ ਉਹ ਇੱਕ ਪੈਸਾ ਵੀ ਜੇਬ ਦੇ ਵਿੱਚੋਂ ਨਹੀਂ ਕੱਢ ਰਹੇ, ਤਾਂ ਉਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਉੱਪਰ ਖਰਚੇ ਉਸ ਪੈਸੇ ਦਾ ਫਾਇਦਾ ਕੀ ਹੋਇਆ? ਰੱਜਿਆਂ ਹੋਇਆਂ ਨੂੰ ਰਜਾਉਣ ਦਾ ਕੀ ਫਾਇਦਾ ਹੋਇਆ ਜਦੋਂ ਅਸੀਂ ਭੁੱਖਿਆਂ ਦੇ ਮੂੰਹ ਦੇ ਵਿੱਚ ਰੋਟੀ ਨਹੀਂ ਪਾ ਸਕਦੇ? ਮਾਚ ਮਹਿਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁੱਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪੀਐ, ਵਿਨਸੈ ਆਲਸ ਰੋਗਾ ਜੀਓ। ਜਿਸ ਮਨੁੱਖ ਦੇ ਹਿਰਦੇ ਵਿੱਚ ਭਗਤ ਜਨਾਂ ਨੇ ਕਿਰਪਾ ਕਰਕੇ, ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ, ਉਸ ਦੇ ਨਾਮ ਸਿਮਰ ਕੇ ਹਿਰਦੇ ਦੇ ਵਿੱਚ ਆਤਮਕ ਆਨੰਦ ਮਾਣਿਆ, ਉਸਨੇ ਆਪਦੇ ਮਨ ਨੂੰ ਸਥਿਰ ਕਰ ਲਿਆ, ਸਾਧ ਸੰਗਤ ਵਿੱਚ ਮਿਲ ਕੇ ਜਿਸਨੇ ਸਦਾ ਹਰੀ ਨਾਮ ਜਪਿਆ, ਉਸਦੇ ਸਾਰੇ ਆਲਸ, ਸਾਰੇ ਰੋਗ ਦੂਰ ਹੋ ਗਏ। ਜਾ ਕੈ ਗ੍ਰਹਿ ਨਵ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਜਿਸ ਪਰਮਾਤਮਾ ਦੇ ਘਰ ਵਿੱਚ 9 ਖਜ਼ਾਨੇ ਹਨ, ਦੁਨੀਆ ਦੇ ਹਰ ਪ੍ਰਕਾਰ ਦੇ ਖਜ਼ਾਨੇ ਹਨ, ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੀ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ। ਅੱਜ ਜੋ ਤੁਸੀਂ ਇਹ ਜਨਮ ਭੋਗ ਰਹੇ ਹੋ, ਇਸ ਜਨਮ ਤੋਂ ਭਾਵ ਅੱਜ ਦਾ ਦਿਨ, ਇਸ ਬਾਰੇ ਵੀ ਆਪਾਂ ਵੀਡੀਓ ਕੀਤੀ ਸੀ, ਉਹਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਦੇ ਹਾਂ, ਤੁਸੀਂ ਉਹ ਵੀ ਵੇਖ ਸਕਦੇ ਹੋ ਜੇਕਰ ਨਹੀਂ ਵੇਖੀ ਤਾਂ। ਅੱਜ ਜੋ ਤੁਸੀਂ ਇਹ ਸਮਾਂ ਗੁਰੂ ਦੀ ਬਾਣੀ ਨੂੰ ਸਮਝਣ ਦੇ ਵਿੱਚ ਗੁਜ਼ਾਰ ਰਹੇ ਹੋ, ਇਹ ਚੰਗੇ ਕਰਮ ਤੁਸੀਂ ਕਰ ਰਹੇ ਹੋ, ਇਹਨਾਂ ਦਾ ਫਲ ਤੁਹਾਨੂੰ ਇਸੇ ਹੀ ਜੀਵਨ ਦੇ ਵਿੱਚ ਮਿਲੇਗਾ ਜ਼ਰੂਰ। ਅਤੇ ਉਹ ਮਿਲਣਾ ਕਿਵੇਂ ਹੈ? ਤੁਹਾਡੀ ਉਸ ਪਰਮਾਤਮਾ ਦੇ ਨਾਲ ਸਾਂਝ ਬਣਨੀ ਹੈ। ਉੱਪਰ ਹੀ ਆਪਾਂ 2 ਪੰਕਤੀਆਂ ਦੀ ਹਜੇ ਵਿਆਖਿਆ ਜੋ ਕੀਤੀ ਹੈ, ਉਸ ਦੇ ਵਿੱਚ ਮਾਇਆ ਦੇ ਬਾਰੇ 'ਚ ਆਪਾਂ ਗੱਲ ਕੀਤੀ ਹੈ। ਸੋਚ ਕੇ ਵੇਖੋ ਜੇ ਮਾਇਆ ਪ੍ਰਤੀ, ਪੈਸੇ ਪ੍ਰਤੀ ਉਹ ਪ੍ਰੇਮ ਜਿਹੜਾ ਹੈ, ਉਹ ਮੋਹ ਜਿਹੜਾ ਹੈ ਸਾਡੇ ਦਿਮਾਗ ਦੇ ਵਿੱਚੋਂ ਨਿਕਲ ਜਾਏ ਤਾਂ ਕਿੰਨੀ ਖੁਸ਼ਨੁਮਾ ਸਾਡੀ ਜ਼ਿੰਦਗੀ ਹੋ ਜਾਏਗੀ। ਅੱਜ ਅਸੀਂ ਤੜਫਦੇ ਹਾਂ ਕਿ ਇੱਥੋਂ ਪੈਸਾ ਬਣ ਜਾਏ, ਉੱਥੋਂ ਪੈਸਾ ਬਣ ਜਾਏ। ਕਿਰਤ ਕਰਕੇ ਜੇ ਅਸੀਂ ਕਮਾਉਂਦੇ ਹਾਂ, ਉਹ 'ਚ ਕੋਈ ਬੁਰਾ ਵੀ ਨਹੀਂ ਹੈ, ਪਰ ਉਸਨੂੰ ਸਾਂਭ ਸਾਂਭ ਕੇ ਰੱਖਦੇ ਹਾਂ। ਜੇ ਉਹ ਖੁੱਸ ਜਾਏ ਤਾਂ ਸਾਨੂੰ ਦੁੱਖ ਹੁੰਦਾ ਹੈ। ਜੇ ਉਹ ਖਿਆਲ ਸਾਡੇ ਦਿਮਾਗ ਦੇ ਵਿੱਚੋਂ ਨਿਕਲ ਜਾਣ ਤਾਂ ਸਾਡਾ ਦਿਮਾਗ ਕਿੰਨਾ ਸ਼ਾਂਤ ਹੋ ਜਾਏਗਾ। ਸੋ ਅੱਜ ਜਿਹੜੀ ਤੁਸੀਂ ਇਹ ਵੀਡੀਓ ਵੇਖ ਰਹੇ ਹੋ, ਇਹ ਗੱਲਾਂ ਸੁਣ ਰਹੇ ਹੋ, ਇਹ ਤੁਹਾਡੀ ਇਸ ਜਨਮ ਦੀ, ਅੱਜ ਦੇ ਜਨਮ ਦੀ ਚੰਗੀ ਕਮਾਈ ਹੈ। ਅਤੇ ਜੇਕਰ ਤੁਸੀਂ ਆਪਦੇ ਮਨ ਦੇ ਵਿੱਚੋਂ ਇਹਨਾਂ ਖਿਆਲਾਂ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਸਮਝ ਲਿਓ ਕਿ ਅੱਜ ਦੇ ਜਨਮ ਦੀ ਇਸ ਕਮਾਈ ਦਾ ਫਲ ਤੁਹਾਨੂੰ ਮਿਲ ਗਿਆ। ਖਿਨ ਮਹਿ ਥਾਪ ਉਥਾਪਨ ਹਾਰਾ, ਆਪ ਇਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ। ਪਰਮਾਤਮਾ ਇੱਕ ਪਲ ਦੇ ਵਿੱਚ ਹੀ ਇਸ ਸੰਸਾਰ ਨੂੰ ਸਿਰਜ ਵੀ ਸਕਦਾ ਹੈ ਅਤੇ ਇੱਕ ਪਲ ਦੇ ਵਿੱਚ ਹੀ ਇਸ ਸੰਸਾਰ ਨੂੰ, ਇਸ ਸਾਰੀ ਸ੍ਰਿਸ਼ਟੀ ਨੂੰ ਨਾਸ ਕਰਨ ਦੀ ਵੀ ਤਾਕਤ ਰੱਖਦਾ ਹੈ। ਫਿਰ ਤੋਂ ਜੇਕਰ ਅਸੀਂ ਇਤਿਹਾਸ ਦੇ ਵਿੱਚ ਝਾਤੀ ਮਾਰੀਏ ਤਾਂ ਸਾਨੂੰ ਪਤਾ ਹੈ ਕਿ ਇੱਕ ਵਕਤ ਐਸਾ ਆਇਆ ਸੀ ਇਸ ਧਰਤੀ ਦੇ ਉੱਪਰ ਕਿ ਜਦੋਂ ਸਾਰੇ ਦੇ ਸਾਰੇ ਡਾਇਨਾਸੌਰ ਅਤੇ ਜੀਵ ਜੰਤੂ, ਜੰਗਲ, ਪਾਣੀ, ਬਨਸਪਤੀ ਨਸ਼ਟ ਹੋ ਗਈ ਸੀ। ਉਹ ਕੀ ਪਰਲੋ ਆਈ ਸੀ, ਕੀ ਹੋਇਆ ਸੀ, ਇਸ ਬਾਰੇ ਤਾਂ ਬਹੁਤਾ ਨਹੀਂ ਪਤਾ ਲੱਗ ਸਕਿਆ, ਪਰ ਉਹ ਜੋ ਵੀ ਹੋਇਆ ਸੀ ਉਸਨੇ ਇੱਕ ਵਾਰ ਧਰਤੀ ਨੂੰ ਤਹਿਸ ਨਹਿਸ ਕਰ ਦਿੱਤਾ ਸੀ। ਉਸ ਤੋਂ ਬਾਅਦ ਮਨੁੱਖਾਂ ਦਾ ਜਨਮ ਇਸ ਧਰਤੀ ਦੇ ਉੱਪਰ ਹੋਇਆ ਅਤੇ ਹੋਰ ਸਾਰੀ ਬਨਸਪਤੀ ਫਿਰ ਤੋਂ ਖੜ੍ਹੀ ਹੋ ਗਈ। ਹੁਣ ਅੱਗੇ ਕੀ ਹੋਣਾ ਹੈ ਸਾਨੂੰ ਨਹੀਂ ਪਤਾ। ਸਾਨੂੰ ਨਹੀਂ ਪਤਾ ਕਿਸ ਵਕਤ ਉਹ ਪਰਲੋ ਆ ਜਾਣੀ ਹੈ ਅਤੇ ਇਸ ਧਰਤੀ ਦੇ ਉੱਪਰੋਂ ਉਹ ਸਾਰੇ ਕਾਸੇ ਨੂੰ ਫਿਰ ਤੋਂ ਨਸ਼ਟ ਕਰ ਦੇਣਾ। ਇਹ ਸਭ ਕੁਝ ਉਸ ਪਰਮਾਤਮਾ ਦੇ ਹੱਥ ਹੈ।
ਤੇ ਜਦੋਂ ਐਸੀ ਕੋਈ ਆਫਤ ਆਉਣੀ ਹੋਈ ਤੇ ਮਨੁੱਖ ਦੀਆਂ ਬਣਾਈਆਂ ਹੋਈਆਂ ਕਾਢਾਂ, ਵਿਗਿਆਨ ਵੱਲੋਂ ਕੀਤੀਆਂ ਹੋਈਆਂ ਤਰੱਕੀਆਂ, ਇਹ ਸਭ ਕੁਝ ਮਾਸਾ ਕੰਮ ਨਹੀਂ ਆਉਣਾ। ਇਸੇ ਲਈ ਗੁਰੂ ਜੀ ਕਹਿੰਦੇ ਕਿ ਖਿਨ ਮਹਿ ਥਾਪ ਉਥਾਪਨ ਹਾਰਾ, ਆਪ ਇਕੰਤੀ ਆਪ ਪਸਾਰਾ। ਕਿ ਉਹ ਇਕੱਲਾ ਵੀ ਆਪ ਹੀ ਹੋ ਜਾਂਦਾ ਹੈ ਜਦੋਂ ਉਸਦਾ ਦਿਲ ਕਰਦਾ ਹੈ, ਤੇ ਜਦੋਂ ਦਾ ਦਿਲ ਕਰਦਾ ਹੈ ਤਾਂ ਸਾਰੇ ਜਗਤ ਦੀ ਰਚਨਾ ਕਰ ਲੈਂਦਾ ਹੈ, ਸਾਰਾ ਪਸਾਰਾ ਬਣਾ ਦਿੰਦਾ ਹੈ। ਉਸ ਕਰਤਾਰ ਨੂੰ ਜਗਤ ਦੇ ਜੀਵਨ ਵਿੱਚ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋ ਨਹੀਂ ਸਕਦਾ, ਪਰ ਉਸਦੇ ਦਰਸ਼ਨ ਕੀਤਿਆਂ ਸਾਡੇ ਵਿਛੋੜੇ ਜ਼ਰੂਰ ਦੂਰ ਹੋ ਜਾਂਦੇ ਨੇ। ਹੁਣ ਦੇਖੋ, ਗੁਰੂ ਜੀ ਨੇ ਕਿਹਾ ਹੈ ਕਿ ਉਸਨੂੰ ਮਾਇਆ ਦਾ ਮੋਹ, ਮਾਇਆ ਦਾ ਪ੍ਰਭਾਵ ਮੋਹ ਨਹੀਂ ਸਕਦਾ, ਅਤੇ ਅਸੀਂ ਕੀ ਕਰਦੇ ਹਾਂ, ਉਸ ਪਰਮਾਤਮਾ ਨੂੰ ਪ੍ਰਸੰਨ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਵੱਖ ਵੱਖ ਤਰ੍ਹਾਂ ਦੇ ਤੌਰ ਤਰੀਕਿਆਂ ਦੇ ਨਾਲ। ਅਤੇ ਫਿਰ ਉਹ ਤੌਰ ਤਰੀਕੇ ਕਿੰਨੇ ਕੁ ਜਾਇਜ਼ ਨੇ, ਇਹਨਾਂ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉਂ ਆਪ ਜਪਾਈ, ਗੁਰ ਬੋਹਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਓ। ਗੁਰੂ ਇੱਕ ਜਹਾਜ਼ ਹੈ ਜਿਸ ਦੇ ਨਾਲ ਲੱਗ ਕੇ ਕਿ ਸੰਸਾਰ ਦੇ ਜੀਵ ਤਰ ਜਾਂਦੇ ਨੇ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ, ਅਤੇ ਗੁਰੂ ਨਾਲ ਮਿਲਾਉਣ ਵਾਲਾ ਪਰਮਾਤਮਾ ਆਪ ਹੈ। ਪਰਮਾਤਮਾ ਦੀ ਮਦਦ ਦੇ ਨਾਲ ਹੀ ਗੁਰੂ ਨਾਲ ਮਿਲਾਪ ਹੁੰਦਾ ਹੈ, ਅਤੇ ਪਰਮਾਤਮਾ ਗੁਰੂ ਦੇ ਰਾਹੀਂ ਇਹਨਾਂ ਜੀਵਾਂ ਤੋਂ ਆਪਣਾ ਨਾਮ ਆਪ ਹੀ ਜਪਾ ਰਿਹਾ ਹੈ। ਮਾਚ ਮਹਿਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮਿੱਠਾ ਜੀਓ। ਜੋ ਇਸ ਸ੍ਰਿਸ਼ਟੀ ਦੇ ਵਿੱਚ ਜੀਵ ਹਨ, ਇਕੱਲੇ ਮਨੁੱਖ ਦੀ ਗੱਲ ਨਹੀਂ ਹੈ, ਸਾਰੇ ਹੀ ਜੀਵਾਂ ਦੀ ਗੱਲ ਹੈ ਕਿ ਉਹ ਉਹੀ ਕੰਮ ਕਰਦੇ ਹਨ ਜਿਹੜੇ ਕੰਮ ਪਰਮਾਤਮਾ ਉਹਨਾਂ ਤੋਂ ਕਰਾਉਂਦਾ ਹੈ। ਜਿਸ ਥਾਂ ਦੇ ਉੱਪਰ ਵੀ ਪਰਮਾਤਮਾ ਜੀ ਨੂੰ ਰੱਖਦਾ ਹੈ, ਕਿਸੇ ਜੀਵ ਨੂੰ ਰੱਖਦਾ ਹੈ, ਜੀਵ ਵਾਸਤੇ ਉਹੀ ਥਾਂ ਚੰਗੀ ਹੁੰਦੀ ਹੈ। ਉਹੀ ਮਨੁੱਖ ਅਕਲ ਵਾਲਾ ਹੈ, ਇੱਜ਼ਤ ਵਾਲਾ ਹੈ, ਜਿਸ ਨੂੰ ਪਰਮਾਤਮਾ ਦਾ ਇਹ ਹੁਕਮ ਪਿਆਰਾ ਲੱਗਦਾ ਹੈ। ਹੁਕਮ ਪਿਆਰਾ ਲੱਗਣਾ ਭਾਵ ਕਿ ਜੋ ਮਨੁੱਖ ਜਿੱਥੇ ਹੈ, ਜਿੱਦਾਂ ਦੀ ਵੀ ਹਾਲਤ ਦੇ ਵਿੱਚ ਹੈ, ਉਹਦੇ 'ਚ ਖੁਸ਼ ਹੈ। ਜੇ ਉਹ ਖੁਸ਼ ਹੈ, ਸਮਝ ਲਓ ਕਿ ਉਹ ਪਰਮਾਤਮਾ ਦੇ ਹੁਕਮ ਨੂੰ ਸਮਝਦਾ, ਸਮਝ ਲਓ ਕਿ ਉਹ ਮੰਨਦਾ ਹੈ ਕਿ ਮੈਂ ਜਿੱਥੇ ਵੀ ਹਾਂ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹਾਂ, ਜੇ ਉਸ ਪਰਮਾਤਮਾ ਦੀ ਇਹ ਮਰਜ਼ੀ ਹੈ ਮੇਰੇ ਲਈ ਤਾਂ ਮੈਂ ਖੁਸ਼ ਹਾਂ। ਸਭ ਪਰੋਈ ਇੱਕਤ ਧਾਗਾ, ਜਿਸ ਲਾਏ ਲਏ ਸੋ ਚਰਨੀ ਲਾਗੈ, ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਿੰਨ ਸਰਵ ਨਿਰੰਜਨ ਡੀਠਾ ਜੀਓ। ਪਰਮਾਤਮਾ ਨੇ ਸਾਰੀ ਹੀ ਸ੍ਰਿਸ਼ਟੀ ਨੂੰ ਹੁਕਮ ਰੂਪ ਆਪਣੇ ਇੱਕ ਧਾਗੇ ਦੇ ਵਿੱਚ ਪਰੋ ਰੱਖਿਆ ਹੈ। ਜਿਹੜੇ ਜੀਵ ਨੂੰ ਪਰਮਾਤਮਾ ਆਪਦੇ ਚਰਨਾਂ ਦੇ ਵਿੱਚ ਲਾਉਂਦਾ ਹੈ, ਉਹੀ ਉਸਦੇ ਚਰਨਾਂ ਦੇ ਵਿੱਚ ਲੱਗਦਾ ਹੈ। ਹੁਣ ਚਰਨਾਂ ਦੇ ਵਿੱਚ ਲੱਗਣ ਦੀ ਗੱਲ ਹੈ, ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦੀ ਗੱਲ ਹੈ। ਅਸੀਂ ਆਪਣੇ ਆਪ ਨਹੀਂ ਬਣਾ ਸਕਦੇ ਜਦ ਤੱਕ ਉਸ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ। ਅਸੀਂ ਆਪਦੀ ਜ਼ਿੰਦਗੀ ਜਿਉਂ ਰਹੇ ਹਾਂ, ਫਿਰ ਇੱਕਦਮ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਅਸੀਂ ਇਸ ਪਾਸੇ ਨੂੰ ਜਾਣਾ ਹੈ, ਥੋੜ੍ਹਾ ਧਾਰਮਿਕ ਹੋਣਾ ਹੈ, ਸਪਿਰਚੁਅਲ ਹੋਣਾ ਹੈ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ, ਉਸ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਉਹ ਖਿਆਲ ਕਿਵੇਂ ਪੈਦਾ ਹੋ ਗਿਆ ਸਾਡੇ ਮਨ ਦੇ ਵਿੱਚ? ਸੋਚ ਕੇ ਵੇਖਿਓ, ਇਹ ਉਸ ਪਰਮਾਤਮਾ ਦੀ ਮਰਜ਼ੀ ਸੀ। ਉਹ ਖਿਆਲ ਦਾ ਉਤਪੰਨ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਉਦੋਂ ਬਾਅਦ ਹੀ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਪਾਸੇ ਵੱਲ ਨੂੰ ਤੁਰਨਾ, ਇਸ ਪਾਸੇ ਵੱਲ ਨੂੰ ਕੋਸ਼ਿਸ਼ ਕਰਨੀ ਹੈ। ਪਰ ਜਦ ਤੱਕ ਉਹ ਖਿਆਲ ਉਤਪੰਨ ਨਹੀਂ ਹੁੰਦਾ, ਉਦੋਂ ਤੱਕ ਅਸੀਂ ਇਸ ਪਾਸੇ ਵੱਲ ਤੁਰਦੇ ਹੀ ਨਹੀਂ, ਅਤੇ ਉਹ ਖਿਆਲ ਅਸੀਂ ਚੇਤੰਨ ਹੋ ਕੇ ਆਪਦੇ ਮਨ ਦੇ ਵਿੱਚ ਉਤਪੰਨ ਨਹੀਂ ਕਰ ਸਕਦੇ। ਉਹ ਖਿਆਲ ਆਪਣੇ ਆਪ ਹੀ ਆਉਂਦਾ ਹੈ। ਮੇਰੇ ਨਾਲ ਵੀ ਇਹ ਹੋਇਆ ਹੈ, ਮੇਰੇ ਵੀ ਮਨ ਦੇ ਵਿੱਚ, ਮੈਂ ਵੀ ਆਪਦੀ ਜ਼ਿੰਦਗੀ ਜਿਉਂ ਰਿਹਾ ਸੀ, ਫਿਰ ਇੱਕਦਮ ਖਿਆਲ ਆਇਆ ਕਿ ਗੁਰੂ ਦੀ ਬਾਣੀ ਦੇ ਨਾਲ ਜੁੜਨਾ, ਅਤੇ ਜੁੜ ਗਏ, ਕੋਸ਼ਿਸ਼ ਕੀਤੀ ਅਤੇ ਜੁੜ ਗਏ। ਪਰ ਜ਼ਿੰਦਗੀ ਨੂੰ ਮਾਣਦੇ ਹੋਏ ਨੂੰ ਉਹ ਖਿਆਲ ਕਿਵੇਂ ਪੈਦਾ ਹੋ ਗਿਆ? ਉਹ ਬਸ ਪਰਮਾਤਮਾ ਦੀ ਮਰਜ਼ੀ ਹੋਈ ਕਿ ਇਸ ਇਨਸਾਨ ਦੇ ਦਿਮਾਗ ਦੇ ਵਿੱਚ ਇਹ ਖਿਆਲ ਪੈਦਾ ਕੀਤਾ ਜਾਏ, ਅਤੇ ਉਹ ਖਿਆਲ ਪੈਦਾ ਹੋ ਗਿਆ। ਤੁਸੀਂ ਇਸ ਵੀਡੀਓ ਨੂੰ ਵੇਖਣ ਦਾ ਫੈਸਲਾ ਲਿਆ, ਜਾਂ ਇਸ ਤੋਂ ਪਹਿਲਾਂ ਵਾਲੀਆਂ, ਜਦੋਂ ਵੀ ਤੁਸੀਂ ਇਸ ਚੈਨਲ ਦੇ ਉੱਪਰ ਪਾਈ ਹੋਈ ਪਹਿਲੀ ਵੀਡੀਓ ਵੇਖੀ ਹੋਣੀ ਹੈ, ਤਾਂ ਕੁਝ ਸਰਚ ਕੀਤਾ ਹੋਣਾ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਮਝਣੀ ਚਾਹੁੰਦੇ ਹਾਂ। ਤਾਂ ਉਹ ਖਿਆਲ ਜੋ ਸੀ ਤੁਹਾਡੇ ਮਨ ਦੇ ਵਿੱਚ ਆਇਆ, ਉਹ ਕਿਵੇਂ ਪੈਦਾ ਹੋ ਗਿਆ? ਉਹ ਪਰਮਾਤਮਾ ਨੇ ਹੀ ਪੈਦਾ ਕੀਤਾ। ਅਤੇ ਜਦੋਂ ਸਾਡੇ ਮਨ ਦੇ ਵਿੱਚ ਉਹ ਖਿਆਲ ਪੈਦਾ ਹੋ ਗਿਆ, ਤਾਂ ਅਸੀਂ ਰਸਤਾ ਵੀ ਲੱਭ ਲਿਆ। ਸੋ ਇਸੇ ਲਈ ਗੁਰੂ ਜੀ ਨੇ ਲਿਖਿਆ ਹੈ ਕਿ ਜਿਸ ਲਾਏ ਲਏ ਸੋ ਚਰਨੀ ਲੱਗਾ, ਕਿ ਜਿਹਨੂੰ ਉਹ ਪਰਮਾਤਮਾ ਆਪ ਚਰਨਾਂ ਦੇ ਵਿੱਚ ਲਾਉਂਦਾ, ਉਹੀ ਲੱਗਦਾ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵਕਤ, ਜਦੋਂ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ, ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ,
ਉਹ ਨੈੱਟਫਲਿਕਸ ਦੇ ਉੱਤੇ ਕੁਛ ਨਾ ਕੁਛ ਐਂਟਰਟੇਨਿੰਗ ਦੇਖ ਰਹੇ ਹੋਣਗੇ, ਉਹ ਕੋਈ ਮੂਵੀ ਦੇਖ ਰਹੇ ਹੋਣਗੇ। ਉਹਨਾਂ ਦੇ ਉੱਪਰ ਪਰਮਾਤਮਾ ਨੇ ਹਾਲੇ ਇਹ ਕਿਰਪਾ ਨਹੀਂ ਕੀਤੀ, ਉਹਨਾਂ ਦੇ ਮਨਾਂ ਦੇ ਵਿੱਚ ਖਿਆਲ ਪੈਦਾ ਨਹੀਂ ਕੀਤਾ ਕਿ ਉਹ ਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ। ਅਤੇ ਜਦੋਂ ਉਹ ਖਿਆਲ ਪੈਦਾ ਹੋ ਗਿਆ ਤਾਂ ਉਹਨਾਂ ਨੇ ਵੀ ਆਪਣਾ ਕੋਈ ਨਾ ਕੋਈ ਰਸਤਾ ਲੱਭ ਲੈਣਾ ਗੁਰੂ ਦੀ ਬਾਣੀ ਦੇ ਨਾਲ ਜੁੜਨ ਦਾ। ਅੱਗੇ ਗੁਰੂ ਜੀ ਕਹਿੰਦੇ ਹਨ ਕਿ ਊਂਦ ਕਵਲ ਜਿਸ ਹੋਏ ਪ੍ਰਗਾਸਾ ਤਿਨ ਸਰਵ ਨਿਰੰਜਨ ਡੀਠਾ ਜੀਓ, ਕਿ ਉਸ ਮਨੁੱਖ ਨੇ ਹੀ ਉਸ ਪਰਮਾਤਮਾ ਨੂੰ ਹਰ ਥਾਂ ਵੇਖਿਆ ਹੈ। ਜਿਸ ਮਨੁੱਖ ਦਾ ਉਲਟਿਆ ਹੋਇਆ ਕੌਲ ਫੁੱਲ, ਹਿਰਦਾ ਰੂਪੀ ਕੌਲ ਫੁੱਲ ਉਸ ਪਰਮਾਤਮਾ ਨੇ ਖਿੜਾ ਦਿੱਤਾ ਹੈ। ਤੇਰੀ ਮਹਿਮਾ ਤੂੰ ਹੈ ਜਾਣਾ, ਆਪਣਾ ਆਪ ਤੂੰ ਆਪ ਪਛਾਣਾ, ਹੋ ਬਲਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਕਹਿੰਦੇ ਹੇ ਪਰਮਾਤਮਾ, ਤੇਰੀ ਮਹਿਮਾ ਤੂੰ ਹੈ ਜਾਣਾ, ਕਿ ਆਪਣੀ ਮਹਿਮਾ ਤੂੰ ਆਪ ਹੀ ਜਾਣਦਾ ਹੈ। ਤੂੰ ਕਿੰਨਾ ਵੱਡਾ ਹੈ, ਕਿੰਨਾ ਗੁਣਵਾਨ ਹੈ, ਅਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ। ਆਪਣਾ ਆਪ ਤੂੰ ਆਪ ਪਛਾਣਾ ਹੈ, ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈ। ਤੇਰੇ ਜਿਸ ਜਿਸ ਸੰਤ ਨੇ ਵੀ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਨੂੰ ਦੂਰ ਕਰ ਲਿਆ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੈ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ ਵਿਨਸਿਆ ਭਮ ਭਉ ਢੀਠਾ ਜੀਓ। ਹੇ ਪਰਮਾਤਮਾ, ਤੂੰ ਨਿਰਵੈਰ ਹੈ, ਤੇਰੇ ਅੰਦਰ ਕਿਸੇ ਵਾਸਤੇ ਵੀ ਵੈਰ ਨਹੀਂ ਹੈ, ਅਤੇ ਤੇਰੇ ਸੰਤ ਵੀ ਨਿਰਮਲ ਹਨ, ਉਹਨਾਂ ਦੇ ਮਨਾਂ ਦੇ ਵਿੱਚ ਵੀ ਮੈਲ ਨਹੀਂ ਹੈ। ਤੇਰੇ ਉਹਨਾਂ ਸੰਤ ਜਣਾਂ ਦਾ ਦਰਸ਼ਨ ਕੀਤਿਆਂ ਹੋਰਨਾਂ ਲੋਕਾਂ ਦੇ ਵੀ ਪਾਪ ਦੂਰ ਹੋ ਜਾਂਦੇ ਹਨ। ਹੇ ਪਰਮਾਤਮਾ, ਤੇਰਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖਾਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਮਨ ਵਿੱਚੋਂ ਅਨੇਕ ਪ੍ਰਕਾਰ ਦੀਆਂ ਭਟਕਣਾਂ ਅਤੇ ਡਰ ਦੂਰ ਹੋ ਜਾਂਦੇ ਹਨ। ਸੋ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 108ਵੇਂ ਪੰਨੇ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਮਾਇਆ ਅਤੇ ਮਾਇਆ ਦੇ ਪ੍ਰਭਾਵ ਦੇ ਬਾਰੇ ਦੇ ਵਿੱਚ ਆਪਾਂ ਕਾਫ਼ੀ ਖੁੱਲ੍ਹ ਕੇ ਗੱਲਬਾਤ ਇਸ ਪੰਨੇ ਦੀ ਵਿਆਖਿਆ ਦੇ ਵਿੱਚ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਾਂ ਜ਼ਰੂਰ ਸਮਝ ਆਈਆਂ ਹੋਣਗੀਆਂ। ਅਤੇ ਦੂਸਰੇ ਨੰਬਰ 'ਤੇ ਪਰਮਾਤਮਾ ਦੇ ਹੁਕਮ ਦੀ ਵੀ ਆਪਾਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਾਂ ਹੀ ਮਨੁੱਖ ਕਿਸੇ ਚੰਗੇ ਜਾਂ ਮਾੜੇ ਰਸਤੇ 'ਤੇ ਪੈਂਦਾ ਹੈ, ਕਿਸ ਤਰ੍ਹਾਂ ਨਿੱਤ ਰੋਜ਼ ਦੀ ਸਾਡੀ ਜ਼ਿੰਦਗੀ ਜਿਉਂਦਿਆਂ ਦੇ ਮਨਾਂ ਦੇ ਵਿੱਚ ਸਾਡੇ ਖਿਆਲ ਪੈਦਾ ਹੋ ਜਾਂਦਾ ਹੈ ਕਿ ਅਸੀਂ ਇਹ ਕਾਰਜ ਕਰਨਾ ਹੈ, ਅਤੇ ਅਸੀਂ ਉਸ ਕਾਰਜ ਕਰਨ ਵੱਲ ਨੂੰ ਤੁਰ ਪੈਂਦੇ ਹਾਂ, ਕੋਸ਼ਿਸ਼ ਕਰਦੇ ਹਾਂ, ਰਸਤਾ ਲੱਭ ਲੈਂਦੇ ਹਾਂ। ਜੇਕਰ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੈ ਤਾਂ ਇਸ ਨੂੰ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰਿਓ, ਤਾਂ ਕਿ ਉਹ ਵੀ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਸਕਣ, ਗੁਰੂ ਦੀ ਬਾਣੀ ਦੇ ਨਾਲ ਜੋੜ ਸਕਣ। ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।